ਸ਼੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਨਾਕਿਆ ਟੋਲ ਪਲਾਜ਼ਾ 'ਤੇ ਹੋ ਰਹੀ ਲੁੱਟ ਦੇ ਕਾਰਨ ਆਰਟੀਆਈ ਐਕਟੀਵਿਸਟ ਦਿਨੇਸ਼ ਚੱਡਾ ਨੇ ਕਿਹਾ ਕਿ ਸਰਕਾਰ ਅਤੇ ਟੋਲ ਕੰਪਨੀਆਂ ਦੇ ਸਮਝੌਤੇ ਮੁਤਾਬਕ ਟੋਲ ਕੰਪਨੀ ਨੂੰ ਹਰ 5 ਸਾਲ ਬਾਅਦ ਸੜਕ ਉੱਪਰ ਇੱਕ ਲੇਅਰ ਪਾਉਣੀ ਪੈਂਦੀ ਹੈ, ਪਰ ਕੰਪਨੀ ਨੇ ਲੰਮੇ ਸਮੇਂ ਤੋਂ ਇਹ ਲੇਅਰ ਨਹੀਂ ਪਾਈ, ਜਿਸ ਦੇ ਚੱਲਦੇ PWD ਵਿਭਾਗ ਨੇ ਇੱਕ ਪੱਤਰ ਜਾਰੀ ਕੀਤਾ ਸੀ, ਜਿਸ ਪੱਤਰ ਵਿੱਚ ਟੋਲ ਕੰਪਨੀ ਨੂੰ ਲੇਅਰ ਨਾ ਪਾਉਣ ਕਰਕੇ ਜੁਰਮਾਨਾ ਕੀਤਾ ਗਿਆ ਸੀ। ਪਰ ਇਹ ਜੁਰਮਾਨਾ ਹੁਣ ਕਾਗਜ਼ਾਂ ਤੱਕ ਹੀ ਸੀਮਤ ਰਿਹਾ, ਪਰ ਕੰਪਨੀ ਵੱਲੋਂ 500 ਮੀਟਰ ਤੱਕ ਹੀ ਲੇਅਰ ਪਾਉਣ ਤੋਂ ਬਾਅਦ PWD ਵਿਭਾਗ ਨੇ ਕੰਪਨੀ ਦੇ ਸਾਰੇ ਜੁਰਮਾਨੇ ਨੂੰ ਖਤਮ ਕਰ ਦਿੱਤਾ। ਜਿਹੜੀ ਕਿ ਸੜਕ ਪਹਿਲਾਂ ਹੀ ਬਣੀ ਹੋਈ ਸੀਗੀ, ਲਗਭਗ ਉਹਦੇ 'ਤੇ ਇੱਕ ਮਹਿਜ ਖਾਨਾ ਪੂਰਤੀ ਕਰਕੇ ਇਹਦੇ 'ਤੇ ਟੋਲ ਪਲਾਜ਼ਾ ਲਾਇਆ ਗਿਆ ਸੀਗਾ, ਪਰ ਕਾਗਜ਼ਾਂ ਦੇ ਵਿੱਚ ਉਦੋਂ ਇਹ ਦਿਖਾਇਆ ਗਿਆ ਸੀ ਕਿ 55 ਕਰੋੜ ਰੁਪਈਆ ਕੰਪਨੀ ਨੇ ਇਸ ਰੋਡ ਦੇ ਉੱਪਰ ਲਾਇਆ। 55 ਕਰੋੜ ਰੁਪਇਆ ਜੇ ਲਾਇਆ ਵੀ ਹੋਵੇ ਤਾਂ ਜੋ ਇੱਥੋਂ ਦੀ ਟ੍ਰੈਫਿਕ ਹੈ ਉਹਦੇ ਮੁਤਾਬਕ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ, ਸਾਡੇ ਸਰਵੇ ਮੁਤਾਬਕ 1500 ਕਰੋੜ ਤੋਂ ਜ਼ਿਆਦਾ ਇੱਥੋਂ ਕੰਪਨੀ ਜਿਹੜੀ ਹੈ ਉਹ ਇਕੱਠਾ ਕਰੇਗੀ। ਟੋਲ ਪਲਾਜ਼ਾ ਦੀ ਜਿਹੜੀ ਸਥਿਤੀ ਹੈ ਉਹ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਵਾਲੇ ਮੋੜ ਤੋਂ ਅੱਗੇ ਪਿੱਛੇ ਵੀ ਹੋ ਸਕਦੀ ਸੀਗੀ, ਪਰ ਕਿਤੇ ਸ਼ਰਧਾਲੂ ਬਚ ਨਾ ਜਾਣ ਇਸ ਲੁੱਟ ਤੋਂ ਇਹ ਜਾਣ ਬੁੱਝ ਕੇ ਇੱਥੇ ਲਾਇਆ ਗਿਆ। ਉਸ ਵੇਲੇ ਵੀ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਸੀ ਜਦੋਂ ਇਹ ਟੋਲ ਪਲਾਜ਼ਾ ਲੱਗਿਆ। ਇਹ ਲੈਟਰ 5 ਜੁਲਾਈ 2019 ਦਾ ਹੈ। ਜਿਹੜਾ ਐਗਜ਼ੀਕਿਊਟਿਵ ਇੰਜੀਨੀਅਰ ਸੈਂਟਰ ਵਰਕਸ ਡਿਵੀਜ਼ਨ PWD B&R ਰੂਪਨਗਰ ਦਾ ਕੋਟ ਪਾਉਣਾ ਹੁੰਦਾ, ਇਹਦੇ ਉੱਪਰ ਕੋਟ ਦਾ ਮਤਲਬ ਇੱਕ ਲੇਅਰ ਜਿਹੜੀ ਹੋ ਗਈ ਹੈ। ਜਦੋਂ ਤੁਸੀਂ ਸੜਕ ਦੀ ਹਾਲਤ ਤੁਸੀਂ ਆਪ ਦੇਖ ਸਕਦੇ ਹਾਂ ਕਿ ਸੜਕ ਦੇ ਉੱਪਰ ਜਿਹੜੀ ਲੇਅਰ ਹੈ ਉਸ ਵੇਲੇ ਪ੍ਰੋਪਰ ਹੈ ਨਹੀਂ, ਜਿਸ ਲੇਅਰ ਦੇ ਲਈ ਜਿਹੜੀ ਪਹਿਲਾਂ ਪਾਈ ਸੀ ਉਹਦੇ ਲਈ ਅੱਜ ਤੱਕ ਟੋਲ ਵਸੂਲੀ ਹੋ ਚੁੱਕੀ ਹੈ। ਅੱਜ ਬਿਨਾਂ ਲੇਅਰ ਤੋਂ ਬਿਨਾਂ ਸੜਕ ਤੋਂ ਵਸੂਲੀ ਹੋ ਰਹੀ ਹੈ। 5 ਜੁਲਾਈ 2019 ਦਾ ਆਪਣਾ ਲੈਟਰ ਹੈ। PWD ਦੇ ਜਿਹੜੇ ਐਕਸੀਅਨ ਹੈ, PWD ਸੈਂਟਰ ਵਰਕਸ ਡਿਵੀਜ਼ਨ ਰੂਪਨਗਰ ਦੇ, ਉਹਨਾਂ ਦਾ ਆਪਣਾ ਲੈਟਰ ਹੈ। ਬਾਕੀ ਜਿਹੜੀ ਸੜਕ ਦੀ ਹਾਲਤ ਤੁਹਾਨੂੰ ਦਿਖ ਰਹੀ ਹੈ ਉਹਦੇ ਵਾਸਤੇ ਕਿਸੇ RTA ਦੀ ਵੀ ਲੋੜ ਨਹੀਂ ਹੈ। ਸੜਕ ਦੀ ਹਾਲਤ ਤੁਹਾਡੇ ਸਾਹਮਣੇ ਹੈ, ਖਸਤਾ ਹਾਲ ਸੜਕ ਦੇ ਕੰਪਨੀ ਐਜ਼ ਪਰ ਐਗਰੀਮੈਂਟ ਕੋਈ ਟੋਲ ਜਿਹੜਾ ਉਹ ਵਸੂਲ ਨਹੀਂ ਕਰ ਸਕਦੀ। ਦੂਜੇ ਪਾਸੇ ਟੋਲ ਪਲਾਜ਼ਾ ਕੰਪਨੀ ਦੇ ਮੈਨੇਜਰ ਦਾ ਇਸ ਬਾਰੇ ਕੀ ਕਹਿਣਾ ਹੈ, ਉਹ ਵੀ ਸੁਣ ਲੈਂਦੇ ਹਾਂ। ਸਰ, ਇਸ ਤਰ੍ਹਾਂ ਕਿ ਜਿਸ ਤਰ੍ਹਾਂ ਚੱਡਾ ਸਾਹਿਬ ਨੇ ਕਿਹਾ ਵੀ ਕੰਪਨੀ ਨੇ ਲੇਅਰ ਨਹੀਂ ਪਾਈ, ਜਿਹੜੀ ਪਿਛਲੀ ਲੇਅਰ ਪੈਣੀ ਸੀ ਅਸੀਂ ਨਵੰਬਰ 2014 ਦੇ ਵਿੱਚ ਕੰਪਲੀਸ਼ਨ ਕੀਤੀ ਹੈ ਜੀ। ਜਿਹੜੀ ਅਗਰ ਲੇਅਰ ਪੈਣੀ ਹੈ ਹੁਣ ਨਵੰਬਰ 2019 ਦੇ ਵਿੱਚ ਸ਼ੁਰੂ ਹੋਣੀ ਹੈ, ਜਿਸ ਵਾਸਤੇ ਆਪਾਂ ਜਗ੍ਹਾ ਵੀ ਇਕੁਆਇਰ ਕਰ ਲਈ, ਪਲਾਂਟ ਵੀ ਫਿੱਟ ਕਰ ਦਿੱਤਾ ਅਤੇ ਅਸੀਂ 5-4 ਗੱਡੀਆਂ ਲੇਅਰ ਦੀਆਂ ਪਾ ਵੀ ਦਿੱਤੀਆਂ। ਥੋੜ੍ਹੀ ਜਿਹੀ ਬਾਰਿਸ਼ ਦੀ ਵਜ੍ਹਾ ਨਾਲ ਥੋੜ੍ਹਾ ਲੇਟ ਹੋ ਰਿਹਾ, ਲੇਕਿਨ ਫਿਰ ਵੀ ਅਸੀਂ ਐਡਵਾਂਸ ਕੰਮ ਸ਼ੁਰੂ ਕਰਨ ਦੇ ਇਹਦੇ ਵਿੱਚ ਹੈ। ਦੱਸ ਦਈਏ ਕਿ ਇਸ ਹਲਕੇ ਦੀਆਂ ਸੜਕਾਂ ਦੀ ਹਾਲਤ ਲੰਬੇ ਸਮੇਂ ਤੋਂ ਖਸਤਾ ਹੈ, ਜੋ ਕਿ ਕਈ ਵਾਰ ਸੁਰਖੀਆਂ ਦਾ ਹਿੱਸਾ ਬਣ ਚੁੱਕੀ ਹੈ, ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ। ਸ਼੍ਰੀ ਕੀਰਤਪੁਰ ਸਾਹਿਬ ਤੋਂ ਚੋਵੇਸ਼ ਲੋਟਾਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।